ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਹੋਣਾ ਨੇ ਵਿਧਾਨ ਸਭਾ 2022 ਦੀਆਂ ਚੋਣਾਂ ਦੌਰਾਨ ਹਰ ਪਿੰਡ ਦੇ ਵਿੱਚ ਜਾ ਕੇ ਹੋਕਾ ਦਿੱਤਾ ਸੀ ਕਿ ਜਿਹੜੇ ਨਸ਼ੇ ਦੇ ਤਸਕਰ ਨੇ ਉਹ ਮੈਨੂੰ ਵੋਟ ਨਾ ਪਾਇਓ, ਜਿੰਨਾ ਸਮੈਕ ਵੇਚਣੀ ਆ ਮੈਨੂੰ ਵੋਟ ਨਾ ਪਾਇਓ। MLA ਬਣ ਜਾਂਦੇ, MLA ਤੋਂ ਮੰਤਰੀ ਬਣ ਜਾਂਦੇ ਨੇ, ਅਤੇ ਇੱਕ ਪੱਟੀ ਦੇ ਪਿੰਡ ਸੱਬਰਾ ਦੇ ਨੌਜਵਾਨ ਨੂੰ ਇਹ ਕਮੈਂਟ ਲਿਖਣਾ ਭਾਰੀ ਪੈ ਗਿਆ ਕਿ ਹੁਣ ਪੰਜਾਬ ਦੇ ਵਿੱਚ 80% ਸਮੈਕ ਵਿਕਦੀ ਆ ਅਤੇ ਫਿਰ ਆਮ ਆਦਮੀ ਪਾਰਟੀ ਹੁਣ ਕੌਣ ਵੋਟਾਂ ਪਾਊਗਾ। ਪੁਲਿਸ ਥਾਣਾ ਪੱਟੀ ਸਦਰ ਵੱਲੋਂ ਉਸ ਲੜਕੇ ਨੂੰ ਫੋਨ ਕਰਕੇ ਥਾਣੇ ਬੁਲਾਉਣ ਦੇ ਵਾਸਤੇ ਆਦੇਸ਼ ਜਾਰੀ ਕੀਤੇ ਜਾਂਦੇ ਨੇ, ਅਤੇ ਅੱਗਿਓਂ ਉਸ ਲੜਕੇ ਦਾ ਪਿਓ ਨਿਕਲ ਆਉਂਦਾ ਉਗਰਾਹਾਂ ਗਰੁੱਪ ਦਾ ਕਿਸਾਨ ਲੀਡਰ, ਅਤੇ ਫਿਰ ਉਹ ਕਿਸਾਨ ਨੇਤਾ ਅਤੇ SHO ਪੱਟੀ ਸਦਰ ਦੇ ਵਿਚਕਾਰ ਜਿਹੜੀ ਗੱਲਬਾਤ ਹੋਈ ਆ ਪਹਿਲਾਂ ਤੁਹਾਡੇ ਨਾਲ ਉਹ ਸਾਂਝੀ ਕਰ ਦਿੰਦੇ ਹਾਂ, ਅਤੇ ਬਾਅਦ 'ਚ ਉਸ ਕਿਸਾਨ ਨੇਤਾ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਪੂਰਾ ਮਸਲਾ ਕੀ ਆ ਅਤੇ ਕਿਉਂ SHO ਨੇ ਤੁਹਾਨੂੰ ਤਾਂ ਤੁਹਾਡੇ ਲੜਕੇ ਨੂੰ ਥਾਣੇ ਬੁਲਾਉਣ ਵਾਸਤੇ ਤਲਬ ਕਰ ਲਿਆ। ਰਾਏ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। SHO ਸਾਹਿਬ ਬੋਲਦੇ ਨੇ ਮੋੜ ਤੋਂ ਜੀ। ਹਾਂਜੀ ਸਰਦਾਰ ਜੀ, ਸੋਹਣ ਸਿੰਘ ਸੁਭਰਾ ਬੇਨਤੀ ਕਰਦਾ ਜੀ। ਹਾਂ ਬੋਲੋ ਜੀ। ਵੀਰ ਜੀ, ਤੁਹਾਡੇ ਬੰਦੇ ਗਏ ਸੀ ਸਵੇਰੇ ਉਸ ਆਪਣੇ ਪਿੰਡ ਆਪਣੇ ਬੇਟੇ ਨੂੰ ਉਹਨੇ ਖੜਨਾ, ਤੇ ਕੀ ਗੱਲ ਸੀ ਜੀ? ਬੰਦੇ ਭੇਜੇ ਹੋ ਮਲਕੀਤ ਦਾ ਵੀ ਸਾਨੂੰ SHO ਸਾਹਿਬ ਨੇ ਭੇਜਿਆ। ਇਹ ਪੋਸਟਾਂ ਪਾਉਂਦੇ ਆ ਬੜੀਆਂ ਤੇ ਨੇ, ਪੋਸਟਾਂ ਕਾਹਦੀਆਂ? ਮਤਲਬ ਪੋਸਟਾਂ ਪਾਉਂਦੇ ਆ, ਪੋਸਟ ਪਾ ਕੇ ਤੇ ਕਰਦਾ ਖਰਾਬ ਇਹ ਬੰਦਿਆਂ ਨੂੰ। ਮਨਿਸਟਰਾਂ ਦੇ ਖਿਲਾਫ ਪੋਸਟਾਂ ਪਾਈ ਜਾਂਦਾ ਇਹ ਨੇ। ਕਾਹਦੇ ਬਰਖਿਲਾਫ ਪੋਸਟਾਂ ਪਾਈਆਂ? ਕੋਈ ਫੋਨ ਕਰ, ਇਹ ਅੱਗੇ ਕਹਿੰਦਾ ਫੋਨ ਕਰਕੇ ਦੱਸੋ, ਲਾਲਜੀਤ ਭੁੱਲਰ ਨੂੰ ਕਹਿੰਦਾ ਫੋਨ ਕਰਕੇ ਦੱਸੋ ਕਿ ਇਹ ਕਹਿੰਦਾ ਹੁੰਦਾ ਸੀ ਜਿਹਨੇ ਸਮੈਕ ਵੇਚਣੀ ਆ ਮੈਨੂੰ ਵੋਟ ਨਾ ਪਵੇ, ਹੁਣ ਸ਼ਾਇਦ ਹੀ ਕੋਈ ਵੋਟ ਪਵੇ ਤੇ 80% ਵੇਚੀ ਜਾਂਦੇ ਆ। ਇਹਨੂੰ 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 ਲਿਆ ਕੇ ਪੁੱਛਣਾ ਵੀ ਹਾਂ ਵਿਦਾਸ ਆ ਅੱਜ ਤਾਂ ਚੱਲੀਏ ਕਰੀਏ। ਤੁਸੀਂ ਨੀ ਇਹਦੇ ਚ ਗੱਲ ਕਰਨੀ, ਜਿਹੜੇ ਬੰਦੇ ਨੇ ਪਾਈ ਪੋਸਟ ਮੈਂ ਉਹਦੇ ਨਾਲ ਗੱਲ ਕਰਨੀ ਆ। ਸਰਕਾਰ ਦੇ ਬਰਖਲਾ ਪੈਂਦੀਆਂ ਰਹਿੰਦੀਆਂ ਸਰਕਾਰ ਦੇ, ਹਰ ਬੰਦੇ ਦੀ ਪੋਸਟ ਆ ਇੱਥੇ 20 ਲੱਖ ਰੁਪਇਆ ਲੱਗਦਾ, 20-20 ਹਜ਼ਾਰ ਖਾਧੀ ਜਾਂਦੇ, ਕੱਲ ਨੂੰ ਇਹਨਾਂ ਦੀਆਂ ਪੋਸਟਾਂ ਪੈਣਗੀਆਂ। ਬੰਦੇ ਆਪਣੇ ਮੁਤਾਬਕ ਚੱਲੀ ਜਾਓ ਜੀ। ਨਹੀਂ ਭਾਜੀ, ਇੰਨਾ ਨਹੀਂ, ਤੁਸੀਂ ਨਾ ਦੇਵਾਂਗੇ ਪਰ ਇੰਨਾ ਨਾ ਤੁਸੀਂ ਦਬਾਓ। ਕਿਸਾਨ ਨੇਤਾ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਪੂਰਾ ਮਸਲਾ ਕੀ ਆ ਤੇ ਕਿਉਂ SHO ਨੇ ਤੁਹਾਨੂੰ ਤਾਂ ਤੁਹਾਡੇ ਲੜਕੇ ਨੂੰ ਥਾਣੇ ਬੁਲਾਉਣ ਵਾਸਤੇ ਤਲਬ ਕਰ ਲਿਆ। ਸੋਹਣ ਸਿੰਘ ਜੀ, ਤੁਹਾਡੀ ਇੱਕ ਨਾ ਆਡੀਓ ਵਾਇਰਲ ਬੜੀ ਹੋਈ ਹੈ SHO ਦੇ ਨਾਲ, ਮੈਨੂੰ ਸਮਝਾਓਗੇ ਪੂਰਾ ਮਾਮਲਾ ਕੀ ਸੀ? ਕਿ ਸਰ ਮਾਮਲਾ ਇਸ ਤਰ੍ਹਾਂ ਸੀ ਵੀ ਆਪਣੇ ਨਾ ਬੇਟੇ ਨੇ ਨਾ ਇੱਕ ਨਾ ਇੱਥੇ ਫੋਟੋ ਆਈ ਸੀ, ਕਿਸੇ ਨੇ ਟੀਕਾ ਲਾ ਕੇ ਮੌਤ ਹੋਈ ਕਿਸੇ ਦੀ ਬਠਿੰਡੇ ਪਹਿਲੇ ਭਾਰ ਦੇ ਪਾਸੇ ਕੋਈ। ਅੱਛਾ ਜੀ। ਉਹਦੀ ਵੀਡੀਓ ਆਈ ਜੀ, ਉਹ ਜਨਾਨੀਆਂ ਜਨੂਨੀਆਂ ਰੋਂਦੀਆਂ ਤੇ ਆਖਣ ਵੀ ਇਹ ਸੌਦਾ ਕਦੋਂ ਸਮੈਕਲ ਮਗਰੋਂ ਲੋਕ ਜਾਂ ਕੀ ਹੋਊਗਾ, ਹੁੰਦਾ ਹੀ ਰਲਾਪ ਤੁਹਾਨੂੰ ਪਤਾ ਹੀ ਆ। ਹਾਂਜੀ ਹਾਂਜੀ ਹਾਂਜੀ। ਇਹਨਾਂ ਨੇ ਕਿਤੇ ਉਹਦੇ ਕਮੈਂਟ ਲਿਖ ਦਿੱਤਾ ਵੀ ਅਸਲ ਤੇ ਸੱਚਾਈ ਸੀ ਵੀ ਲਾਲਜੀਤ ਭੁੱਲਰ ਜਦੋਂ ਸਾਨੂੰ ਇੱਥੇ ਵੋਟਾਂ ਦਿੰਦੇ ਅਸੀਂ ਉਹਨਾਂ ਨਾਲ ਵੋਟਾਂ ਦਿੰਦੇ ਹਾਂ, ਅਸੀਂ ਥਾਈ ਥਾਈ ਇਹ ਪ੍ਰਚਾਰ ਕਰਦਾ ਹੁੰਦਾ ਸੀ ਵੀ ਜਿਹਦੇ ਸਮੈਕ ਵੇਚਣੀ ਆ ਜਾਂ ਜਿਹੜੇ ਸਮੈਕ ਦਾ ਧੰਦਾ ਕਰਨਾ ਉਹ ਮੈਨੂੰ ਵੋਟ ਨਾ ਪਾਇਓ ਜੀ, ਵੀ ਤੇ ਮੈਨੂੰ ਉਹ ਵੋਟ ਪਾਇਓ ਜਿਹਨੇ ਸਮੈਕ ਦਾ ਧੰਦਾ ਨਹੀਂ ਕਰਨਾ ਜੀ। ਇਹਨੇ ਮੁੰਡੇ ਨੇ ਲਿਖ ਦਿੱਤਾ ਵੀ ਆਪਾਂ ਭੁੱਲਰ ਸਾਹਿਬ ਨੂੰ ਫੋਨ ਕਰਕੇ ਪੁੱਛੀਏ ਵੀ ਹੁਣ ਆਪਾਂ ਨੂੰ ਵੋਟ ਪਾਊਗੀ ਕਿੱਥੋਂ, ਵੀ 80% ਤੇ ਜਿਹੜੇ ਲੋਕ ਇਹ ਧੰਦੇ ਤੇ ਲੱਗੇ ਆ ਜੀ, ਹੁਣ ਆਪਾਂ ਨੂੰ ਵੋਟ ਕਿੱਥੋਂ ਪਊਗੀ ਜੀ। ਉਹ ਕਹਿੰਦੇ ਨੇ ਕਮੈਂਟ ਲਿਖ ਦਿੱਤਾ, ਮੈਨੂੰ ਤੇ ਮੈਂ ਇਹਨਾਂ ਚੀਜ਼ਾਂ ਤੇ ਜਾਂਦਾ ਨੀ, ਸੌਂਕਣਾ ਨੀ ਵਾਲਾ ਭੇੜ ਆ, ਮੈਂ ਤੇ ਜਥੇਬੰਦੀ ਗ੍ਰਾਹਾਂ ਦੇ ਨਾਲ ਸੇਵਾ ਕਰਦਾ ਸੀ ਜਿੰਨੀ ਕੁ ਯੋਗਾ ਗਾਵਾਂ ਜੀ ਜੀ। ਤੇ ਇਹ ਜਦੋਂ ਇਹਨੇ ਲਿਖ ਦਿੱਤਾ ਤੇ ਇਹ ਸਾਨੂੰ ਤੇ ਪਤਾ ਇਹਨਾਂ ਦੇ ਅਗਲੇ ਦਿਨ ਪੁਲਿਸ ਪੈ ਗਈ ਇੱਥੇ ਘਰੇ ਆ ਗਈ। ਅੱਛਾ ਜੀ। ਤੇ ਪਾਣੀ ਪੂਣੀ ਲਾਉਣ ਗਿਆ ਥੋੜ੍ਹਾ ਜਿਹਾ, ਮੈਨੂੰ ਕੋਈ ਤੇ ਕਿੱਥੇ, ਮੈਂ ਵਾਂਢੇ ਗਿਆ ਜਾਂਦੇ ਵੀ ਅਸੀਂ ਉਹਨੂੰ ਲੈ ਕੇ ਜਾਣਾ, ਮੈਂ ਕਿਹਾ ਗੱਲ ਕੀ ਹੋਈ ਸਾਨੂੰ ਦੱਸੋ ਕੀ ਕਹਾਣੀ ਆ ਜੀ। ਤੇ ਉਹ ਜਿਹੜੇ ਪੁਲਿਸ ਵਾਲੇ ਲੈਣ ਆਏ ਵੀ ਕਹਿੰਦੇ ਵੀ ਉੱਤੋਂ ਕੋਈ ਅਫਸਰਾਂ ਨੂੰ ਫੋਨ ਆਇਆ, DSP ਦਾ ਫੋਨ ਆਇਆ ਤੇ ਅਸੀਂ ਉਹਨੂੰ ਖੜਨਾ ਵਾ, ਕੋਈ ਇਹਨੇ ਪੁੱਛਾਈ ਆ ਜੀ। ਬੰਦਿਆਂ ਨੂੰ ਖਰਾਬ ਕਰਦਾ ਪੋਸਟਾਂ ਬੜੀਆਂ ਮਾੜੀਆਂ ਪਾਉਂਦਾ, ਮੈਂ ਦੱਸੋ ਜੀ ਕਿਹੜੀਆਂ ਮਾੜੀਆਂ, ਪਤਾ ਵੀ ਲੱਗੇ ਜੀ।
ਉਹਨੇ ਲਿਖਿਆ ਵੀ ਮੰਤਰੀ ਨੂੰ ਕੁਛ ਵੋਟਾਂ ਮਾਣਗੇ 80% ਦੇ ਲੋਕ ਜਿਹੜੇ ਸਮੈਕ ਦੇ ਹੋ ਗਏ ਤੇ ਉਹਨੇ ਆਖਿਆ ਮੈਨੂੰ ਸਮੈਕ ਨਾਲ ਵੋਟ ਨਾ ਪਵੇ ਤੇ ਹੁਣ ਕਿੱਥੋਂ ਵੋਟਾਂ ਲੈਣੀਆਂ ਵਾ ਜੀ ਜੀ ਉਸ ਤੋਂ ਬਾਅਦ ਕੀ ਹੁਣ ਤੁਹਾਡੇ ਲੜਕੇ ਨੂੰ ਗ੍ਰਿਫਤਾਰ ਕਰ ਲਿਆ ਕਿ ਨਹੀਂ ਜੀ ਨਹੀਂ ਜੀ ਗ੍ਰਿਫਤਾਰ ਨਹੀਂ ਕੀਤਾ ਸੀ ਲੜਕਾ ਤੇ ਘੱਲਿਆ ਹੀ ਨੀਗਾ ਪਰ ਇਹ ਜ਼ਰੂਰ ਆ ਵੀ ਉਹ ਕੱਲ੍ਹ ਪੱਤਰਕਾਰਾਂ ਨੂੰ ਉਹਨੇ ਇਹ ਵੀ ਗੱਲ ਆਖੀ ਹੈ ਵੀ ਇਹਨਾਂ ਦਾ ਇੱਕ ਮੁੰਡਾ ਜਾਲੀ ਸਰਟੀਫਿਕੇਟ ਦੇ ਭਰਤੀ ਹੈ ਜੀ ਇਹਨਾਂ ਨੂੰ ਉਹ ਕਰ ਦੇਣਾ ਆਹ ਕਰ ਦੇਣਾ ਇਹਨਾਂ ਦਾ ਮੁੰਡਾ ਉਹ ਸਮੈਕ ਪੀਂਦਾ ਜੀ ਨਸ਼ੇ ਕਰਦਾ ਜੀ ਗੱਲ ਕੱਖ ਨੀ ਜੀ ਨਾ ਉਹ ਕੋਈ ਨਸ਼ਾ ਕਰਦਾ ਸੈਂਟਰ ਦੀ ਗੋਲੀ ਖਾਂਦਾ ਉਹ ਕੋਈ ਨਸ਼ਾ ਨੀ ਕਰਦਾ ਸਾਡੇ ਘਰ ਦੇ ਵਿੱਚੋਂ ਜਾਂ ਇਹੋ ਜਿਹੀਆਂ ਧਮਕੀਆਂ ਉਹ ਦੇਣ ਦਿਆ ਅਜੇ ਵੀ ਪਤਾ ਨੀ ਵੀ ਉਹ ਕੀ ਬਣਨਾ ਤੇ ਕੀ ਨਹੀਂ ਜੇ ਚਲੋ ਚਾਹੁੰਦੇ ਆ ਵੀ ਇਹਨੇ ਭੁੰਦਰ ਸਾਹਿਬ ਨੇ ਬਦਨਾਮੀ ਕੀਤੀ ਆ ਇਹ ਕੁਛ ਥੱਲੇ ਚੰਦ ਬੰਦਿਆਂ ਨੇ ਸਾਡੇ ਲਈ ਭੇਜਿਆ ਵਾ ਜਾਂ ਸਜੀ ਮਜੀ ਉੱਤੋਂ ਅਫਸਰਾਂ ਦੀ ਰਹੇ ਆ ਜਾਂ ਸਮੈਕ ਸਾਰਾ ਜਿਹੜਾ ਮਹਿਕਮਾ ਵਕਾਊ ਆ ਜਾਂ ਕੀ ਆ ਜਾਂ ਸਰਕਾਰ ਦੀ ਨੀਤੀ ਆ ਅਸੀਂ ਤੇ ਆਪ ਪਰੇਸ਼ਾਨ ਆ ਵੀ ਲੋਕਾਂ ਦੇ ਬੱਚੇ ਮਰਦੇ ਜਾਂਦੇ ਆ ਸਾਰੇ ਪੀ ਪੀ ਕੇ ਸਮੈਕਾਂ ਤੇ ਕੀ ਕੁਛ ਬਣਦਾ ਜਾਂਦਾ ਤੇ ਤੁਸੀਂ ਇਸੇ ਤਰ੍ਹਾਂ ਪੁਲਿਸ ਇਸ ਤਰ੍ਹਾਂ ਕਰ ਲਾ ਵੀ ਮਹਿਤ ਕਰ ਲਾ ਵੀ ਜਿਹੜਾ ਕੋਈ ਨਾਂ ਲੈਂਦਾ ਉਹਨੂੰ ਫੜ ਕੇ ਡਾਂਗਾ ਸੱਜਿਆਂ ਲਾ ਪੇ ਕਰਨ ਤੇ ਸਰ ਕੀ ਬਣੂਗੀ ਅੱਛਾ ਸੋਹਣ ਸਿੰਘ ਜੀ ਤੁਸੀਂ ਕਹਿੰਦੇ ਕਿ ਆਪ ਅਸੀਂ ਲਾਲਜੀਤ ਭੁੱਲਰ ਹੋਣਾਂ ਦੀ ਮਦਦ ਕੀਤੀ ਤੇ ਤੁਸੀਂ ਮੰਤਰੀ ਸਾਹਿਬ ਨੂੰ ਮਿਲੇ ਜੀ ਫਿਰ ਇਸ ਮਸਲੇ 'ਚ ਸਰ ਜਿਹੜੇ ਨਾ ਇਹ ਮਤ ਵੀ ਕੀਤਾ ਸਾਰਾ ਉਹ ਕੀਤਾ ਪਰ ਹੁਣ ਜਿਹੜੇ ਆ ਉਹ ਜਿਹੜੇ ਮੈਂ ਤੁਹਾਨੂੰ ਕੀ ਕਹਾਂ ਪੰਜਾਬੀ ਦੇ ਵਿੱਚ ਉਹਨਾਂ ਦੀ ਸੁਣੀ ਜਾ ਰਹੀ ਹੈ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਵੀ ਮੈਨੂੰ ਨੀ ਪਤਾ ਸਾਨੂੰ ਤੇ ਅਸੀਂ ਸੱਚ ਬੋਲਣਾ ਤੇ ਕਿਤੇ ਰਹਿ ਨੀ ਨਾ ਸਕਦੇ ਅਸੀਂ ਮਦਦ ਉਹਨਾਂ ਨੂੰ ਵੋਟਾਂ ਪਾ ਦਿੱਤੀ ਅਸੀਂ ਜਥੇਬੰਦੀ ਦੇ ਨਾਲ ਸੰਬੰਧਿਤ ਆ ਤੇ ਜਿੰਨਾ ਚੁੱਚਾ ਗਿਰੀ ਉਹ ਚੁੱਚੇ ਕਰਕੇ ਉਹਨਾਂ ਅਸੀਂ ਕਰ ਨਹੀਂ ਸਕਦੇ ਨਹੀਂ ਨਹੀਂ ਤੁਸੀਂ ਹੁਣ ਇਸ ਮਸਲੇ 'ਚ ਉਹਨਾਂ ਨੂੰ ਮਿਲੇ ਕਿ ਨਹੀਂ ਮਿਲੇ ਕਿ ਮੇਰੇ ਮੁੰਡੇ ਨੇ ਕੀ ਗੁਨਾਹ ਕੀਤਾ ਸਾਡੀ ਉਹ ਸੁਣ ਲਓ ਗੱਲ ਸਾਡੀ ਉਹ ਸੁਣ ਲਓ ਗੱਲ ਹਟਿਆ ਜੀ ਸਾਡੇ ਨਾਲ ਕੋਈ ਸੰਪਰਕ ਕਰੇ ਤੇ ਫਿਰ ਤੇ ਤਾਂ ਹੀ ਇਹਨਾਂ ਦੇ ਸਾਡੇ ਨਾਲ ਸੰਪਰਕ ਹੀ ਨਹੀਂ ਕਰਦਾ ਉਹ ਸਗੋਂ ਸਾਨੂੰ ਪੁਲਿਸਾਂ ਪਾਊਗਾ ਜਾਂ ਉਹਦੀ ਸ਼ਹਿਰ ਦੇ ਪੁਲਿਸਾਂ ਪਾਉਣਗੀਆਂ ਫਿਰ ਅਸੀਂ ਕੋਈ ਤਾਂ ਮਿਲਾਂਗੇ ਜੀ ਤੇ ਤੁਸੀਂ ਜਥੇਬੰਦੀ ਉਹ ਗ੍ਰਾਹਕ ਗਰੁੱਪ ਵੱਲੋਂ ਕੋਈ ਇਲਾਕੇ ਦੇ ਮੋਹਦਵਾਰ ਬੰਦੇ ਐਸ ਐਸ ਪੀ ਨੂੰ ਮਿਲੇ ਜਾਂ ਡੀ ਐਸ ਪੀ ਨੂੰ ਮਿਲੇ ਇਸ ਮਸਲੇ ਦੇ ਵਿੱਚ ਸਰ ਅੱਜ ਕਾਨਫਰੰਸ ਕਰਨੀ ਹੈ ਜੀ ਆਪਣੇ ਆਗੂਆਂ ਕੋਲ ਗੱਲ ਕਰੀ ਅੱਜ ਸ਼ਾਮ ਨੂੰ ਪ੍ਰੈਸ ਕਾਨਫਰੰਸ ਕਰਨੀ ਹੈ ਕੱਲ੍ਹ ਤੇ ਸਾਰਾ ਦਿਨ ਇਸ ਤਰ੍ਹਾਂ ਲੰਘ ਗਿਆ ਜੀ ਤੇ ਫੋਨ ਆ ਗਿਆ ਆਪਣੇ ਆਪ ਹੀ ਗੋਹ ਵਹਿਰਨ ਦਿਖੀ ਹੈ ਤੇ ਇਸ ਤਰ੍ਹਾਂ ਚੱਲੀ ਗਈ ਹੈ ਤੇ ਕੱਲ੍ਹ ਦਾ ਤੇ ਇੱਕ ਤਰੀਕ ਸੀ ਕੱਲ੍ਹ ਦੀ ਅੱਜ ਹੁਣ ਪੱਤਰਕਾਰ ਆ ਕੇ ਬੈਠੇ ਆ ਜੀ ਤੇ ਉਹ ਹੁਣ ਜਿਹੜਾ ਸੱਚਾਈ ਦਾ ਸੱਚਾਈ ਰਹਿਣੀ ਹੈ ਉਹਨੂੰ ਦਵਾਈ ਜਾਈਏ ਜੋ ਮਰਜ਼ੀ ਕਰੀਏ ਸੱਚ ਤਾਂ ਸੱਚ ਹੀ ਆ ਜੀ 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 ਮਤਲਬ ਜਿਹੜਾ ਹੁਣ ਤੁਸੀਂ ਤੁਹਾਡੇ ਜਿਹੜੇ ਦੋਸ਼ ਨੇ ਕਿ ਐਸ ਐਚ ਓ ਨੇ ਧਮਕਾਇਆ ਤੁਹਾਨੂੰ ਉਸ ਮਸਲੇ ਦੇ ਵਿੱਚ ਹੁਣ ਤੁਸੀਂ ਜਥੇਬੰਦੀ ਕੋਲ ਇਹ ਮਸਲਾ ਉਠਾਓਗੇ ਜੀ ਹਾਂਜੀ ਉਠਾਵਾਂਗੇ ਜੀ ਜ਼ਰੂਰ ਕੱਲ੍ਹ ਨੂੰ ਸਾਡੇ ਕਿਤੇ ਕੋਈ ਪਰਚਾ ਕਰ ਸਕਦਾ ਜੀ ਜਾਂ ਕੋਈ ਸਾਡੇ ਸਮੈਕ ਸਮੂਕ ਰੱਖ ਕੇ ਸਾਡੇ ਬੱਚਿਆਂ ਦੇ ਕੋਈ ਨਾ ਕੋਈ ਘਾਤਕ ਕੇਸ ਬਣਾ ਸਕਦਾ ਜੀ ਕਿਉਂਕਿ ਜਥੇਬੰਦੀਆਂ ਦੇ ਤੁਹਾਨੂੰ ਪਤਾ ਸਰਕਾਰਾਂ ਨੂੰ ਹਜਮ ਨਹੀਂ ਹੁੰਦੀਆਂ ਜੀ ਇਸ ਕਰਕੇ ਜਿਹੜਾ ਉਹ ਜੇ ਅਸੀਂ ਹੁਣ ਬਾਤ ਕਰ ਰਹੇ ਛੋਟੇ ਕਿਸਾਨਾਂ ਦੀ ਮਦਦ ਕਰਦੇ ਹਾਂ ਤੇ ਇਹ ਕੁੱਟ ਕੁੱਟ ਕੇ ਜ਼ਮੀਨਾਂ ਖੋਹਦੇ ਅਸੀਂ ਇਹਨਾਂ ਦੀਆਂ ਅੱਖਾਂ ਰੜਕਦੇ ਹਾਂ ਜੀ ਤੇ ਹੁਣ ਜਿਹੜੀ ਤੁਹਾਡੇ ਮੁੰਡੇ ਨੇ ਉਹ ਪਾਈ ਸੀ ਪੋਸਟ ਉਹ ਡਿਲੀਟ ਕਰਤੀ ਕਿ ਨਹੀਂ ਹਲੇ ਨਹੀਂ ਸਰ ਉਹਦਾ ਪੋਸਟ ਹੈ ਨਹੀਂ ਜੀ ਕਮੈਂਟ ਕੀਤਾ ਨਹੀਂ ਉਹਦੇ ਜਿਹੜਾ ਉੱਤੇ ਸਾਰਾ ਉਹਦੇ ਉਸੇ ਤਰ੍ਹਾਂ ਜੇ ਅਸੀਂ ਡਿਲੀਟ ਕਰਦੇ ਹਾਂ ਜੀ ਉਹ ਤਾਂ ਫਿਰ ਅਸੀਂ ਨਹੀਂ ਮੰਨਦੇ ਜੀ ਹੈ ਉਹਦੇ ਦੋਸ਼ ਵਾਲੀ ਕੋਈ ਗੱਲ ਨਹੀਂ ਤੁਹਾਨੂੰ ਆਂਦੇ ਤੁਹਾਨੂੰ ਪਾ ਦਿੰਦੇ ਉਹਦੀ ਤਾਂ ਕੋਈ ਗੱਲ ਨਹੀਂ ਇਹੋ ਜਿਹੀ ਹੈਗੀ ਅੱਛਾ ਸਿਰਫ ਕਮੈਂਟ ਕੀਤਾ ਹੈਗਾ ਸੀ ਕਮੈਂਟ ਕੀਤਾ ਵੀ ਭੁੰਦਰ ਸਾਹਿਬ ਆਉਂਦੇ ਹੁੰਦੇ ਵੀ ਮੈਨੂੰ ਵੋਟ ਸਮੈਕ ਵਾਲਾ ਨਾ ਪਵੇ ਤੇ ਮੈਂ ਸਮੈਕ ਵਾਲਿਆਂ ਨੂੰ ਨਹੀਂ ਛੱਡਾਂ ਦੇ ਅੱਜ 80% ਲੋਕ ਸਮੈਕ ਵਾਲੇ ਫਿਰ ਵੋਟਾਂ ਕਿੱਥੋਂ ਲੈਣੀ ਆਪਾਂ ਜੀ 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 ਆਹ ਇੱਕ ਮਿੰਟ ਆ ਹੋਰ ਕੋਈ ਕਮੈਂਟ ਨਹੀਂ ਇਹ 'ਚ ਕੋਈ ਨਾ ਕਿਸੇ ਨੂੰ ਗਾਲ ਕੱਢੀ ਨਾ ਲੈਣਾ ਲੈਣਾ ਤੁਸੀਂ ਆਪ ਸੁਣ ਲਈ ਕਿ ਐਸ ਐਚ ਓ ਅਤੇ ਕਿਸਾਨ ਨੇਤਾ ਜਿਨ੍ਹਾਂ ਦਾ ਨਾਮ ਸੋਹਣ ਸਿੰਘ ਸਬਰਾ ਜਿਹੜੇ ਭਾਰਤੀ ਕਿਸਾਨ ਯੂਨੀਅਨ ਅਗਰਾਹਾਂ ਗਰੁੱਪ ਦੇ ਨੇਤਾ ਨੇ ਉਹਨਾਂ ਵਿਚਕਾਰ ਜਿਹੜਾ ਤਕਰਾਰ ਹੋਇਆ ਹੁਣ ਮਸਲਾ ਕੀ ਅਸਲ ਦੇ ਵਿੱਚ ਮਸਲਾ ਇਹ ਕਿ ਮਾਛੀਵਾੜੇ ਸਾਹਿਬ ਦੀ ਪਵਿੱਤਰ ਧਰਤੀ 'ਤੇ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਉਹ ਨਸ਼ਿਆਂ ਦੇ ਨਾਲ ਮਰ ਜਾਂਦਾ ਹੱਥਾਂ ਬਾਹਾਂ 'ਤੇ ਸਰਿੰਜਾਂ ਲੱਗੀਆਂ ਸੀ ਉੱਥੇ ਬਹੁਤ ਸਾਰੇ ਹਾਲਾਂਕਿ ਜਿਹੜੀ ਇਹ ਕਮੈਂਟ ਜਿਹੜੀ ਕਿਸੇ ਨੇ ਵੀਡੀਓ ਪਾਈ ਸੀ ਉਹ ਕੋਈ ਇੱਕ ਪੇਜ ਸੀ ਬੇਬੇ ਬਾਪੂ 5 ਦਿਨ ਪੁਰਾਣਾ ਇਹ ਉਹਨਾਂ ਨੇ ਪਾਈ ਸੀ ਕਿ ਮਾਛੀਵਾੜਾ ਸਾਹਿਬ ਪਵਿੱਤਰ ਧਰਤੀ 'ਤੇ ਅੱਜ ਦੀ ਤਾਜ਼ਾ ਦਰਦਨਾਕ ਘਟਨਾ ਚਿੱਟਾ ਆਮ ਹੀ ਵਿਕਦਾ ਕੁੜੀਆਂ ਵੀ ਵੇਚਦੀਆਂ ਇਸ ਇਲਾਕੇ ਵਿੱਚ ਅਤੇ ਸਾਡੇ ਨੂਰਪੁਰ ਪਿੰਡ ਵੀ ਆਉਂਦੀਆਂ ਹਾਲਾਂਕਿ ਇਹ ਜਿਹੜਾ ਹੁਣ ਵਾਇਲੈਂਟ ਔਰ ਗ੍ਰਾਫਿਕ ਕੰਟੈਂਟ ਹੈ ਜਿਸ ਕਰਕੇ ਉੱਥੋਂ ਹਟਾ ਦਿੱਤਾ ਗਿਆ ਲੇਕਿਨ ਜਿਹੜਾ ਕਿਸਾਨ ਨੇਤਾ ਸੋਹਣ ਸਿੰਘ ਉਹਦੇ ਲੜਕੇ ਨੇ ਕਮੈਂਟ ਕਰ ਦਿੱਤਾ ਹੈਗਾ ਅਤੇ ਕਮੈਂਟ ਉਹਨੂੰ ਭਾਰੀ ਪੈ ਗਿਆ ਉਹਨਾਂ ਕੀ ਲਿਖਿਆ ਸੀ ਲਾਲਜੀਤ ਭੁੱਲਰ ਹਲਕਾ ਪੱਟੀ ਤਰਨ ਤਾਰਨ ਨੂੰ ਫੋਨ ਕਰਕੇ ਦੱਸੋ ਇਹ ਕਹਿੰਦਾ ਹੁੰਦਾ ਸੀ ਜਿੰਨਾ ਸਮੈਕ ਵੇਚਣੀ ਆ ਮੈਨੂੰ ਵੋਟ ਨਾ ਪਾਵੇ ਅਤੇ ਹੁਣ ਸ਼ਾਇਦ ਹੀ ਕੋਈ ਵੋਟ ਪਵੇ 80% ਵੇਚੀ ਜਾਂਦੀ ਹੈ ਇਹ ਜਦੋਂ ਕਮੈਂਟ ਆ ਤਾਂ ਐਸ ਐਚ ਓ ਫੋਨ ਕਰਦੇ ਨੇ ਕਿ ਤੁਹਾਡਾ ਲੜਕਾ ਮੰਤਰੀਆਂ ਬਾਰੇ ਗਲਤ ਕਮੈਂਟ ਕਰਦਾ ਅਤੇ ਲੋਕਾਂ ਨੂੰ ਭੜਕਾਉਂਦਾ ਇਸ ਮਸਲੇ ਦੇ ਵਿੱਚ ਇਹ ਸਾਰਾ ਫਿਰ ਵਾਰਤਾਲਾਪ ਹੁੰਦਾ ਜਿਹੜਾ ਤੁਸੀਂ ਆਪ ਸੁਣਿਆ
ਅਸੀਂ ਇਸ ਮਸਲੇ ਦੇ ਵਿੱਚ ਐਸ ਐਚ ਓ ਪੱਟੀ ਸਦਰ ਹਰਜਿੰਦਰ ਸਿੰਘ ਹੋਣੀ ਨੇ ਉਹਨਾਂ ਦੇ ਨਾਲ ਉਹਨਾਂ ਦੇ ਜਿਹੜਾ ਸਰਕਾਰੀ ਦਫ਼ਤਰ ਨੰਬਰ ਮਿਲਿਆ ਉਸ 'ਤੇ ਵੀ ਗੱਲ ਕਰਨੀ ਚਾਹੀਏ। ਜਿਹੜਾ ਸਰਕਾਰੀ ਨੰਬਰ ਉਹਨਾਂ ਦਾ ਉਹ ਹੈ, ਜਿਹੜਾ ਤੁਹਾਨੂੰ ਵੀ ਅਸੀਂ ਦੱਸ ਦਿੰਦੇ ਹਾਂ, ਜਿਹੜਾ ਨੰਬਰ ਸਰਕਾਰੀ ਉਹ ਹੈ 9717169। ਇਸ 'ਤੇ ਅਸੀਂ ਵਾਰ ਵਾਰ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ। ਪਹਿਲੀ ਵਾਰ ਉਹਨਾਂ ਦੇ ਜਿਹੜਾ ਨਾਲ ਗਨਮੈਨ ਸੀ ਉਹਨੇ ਫੋਨ ਚੱਕਿਆ ਕਿ ਐਸ ਐਚ ਓ ਸਾਹਿਬ ਕੋਰਟ ਗਏ ਹੋਏ ਨੇ, ਇਸ ਕਰਕੇ ਤੁਹਾਡੇ ਨਾਲ ਗੱਲ ਨਹੀਂ ਹੋ ਸਕਦੀ। ਫਿਰ ਉਸ ਤੋਂ ਬਾਅਦ ਅਸੀਂ ਲਗਾਤਾਰ 3-4 ਘੰਟੇ ਉਡੀਕ ਕਰਦੇ ਰਹੇ। ਐਸ ਐਚ ਓ ਨੇ ਨਾ ਸਰਕਾਰੀ ਨੰਬਰ ਜਿਹੜਾ 9717169 ਉਹ ਚੱਕਿਆ, ਇੱਕ ਫਿਰ ਅਸੀਂ ਉਹਨਾਂ ਦਾ ਜਿਹੜਾ ਪਰਸਨਲ ਨਿੱਜੀ ਨੰਬਰ ਹਾਸਲ ਕੀਤਾ, ਜਿਹੜਾ ਨੰਬਰ ਹੈਗਾ 7528940000। ਇਸ 'ਤੇ ਵੀ ਵਾਰ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਐਸ ਐਚ ਓ ਸਾਹਿਬ ਨੇ ਫੋਨ ਨਹੀਂ ਚੱਕਿਆ। ਉੱਥੋਂ ਦੇ ਲੋਕਲ ਜਰਨਲਿਸਟਾਂ ਨੇ ਵੀ ਐਸ ਐਚ ਓ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਐਸ ਐਚ ਓ ਨੇ ਨਾ ਥਾਣੇ ਬੁਲਾਇਆ ਅਤੇ ਨਾ ਹੀ ਆਪਣਾ ਪੱਖ ਦੱਸਿਆ ਕਿ ਆਖਿਰ ਤੁਸੀਂ ਅਗਰ ਕੋਈ ਇੱਕ ਸਿੰਪਲ ਕਮੈਂਟ ਲਿਖਦੇ ਨੇ, ਉਸ ਕਮੈਂਟ ਦੇ ਨਾਲ ਕਿਵੇਂ ਕਿਸੇ ਕੈਬਨਿਟ ਮੰਤਰੀ ਦੀ ਵਧੀਕੀ ਹੋ ਗਈ ਜਾਂ ਕਿਵੇਂ ਸਰਕਾਰ 'ਤੇ ਨਿਸ਼ਾਨੇ ਹੋ ਗਏ ਕਿ ਕੋਈ ਬੰਦਾ ਕਮੈਂਟ ਵੀ ਨਹੀਂ ਲਿਖ ਸਕਦਾ ਹੈਗਾ, ਅਤੇ ਤੁਸੀਂ ਕਿਵੇਂ ਕਿਸ ਦਬਾਅ ਹੇਠ ਕਿਸ ਪ੍ਰੈਸ਼ਰ ਹੇਠ ਕਿਵੇਂ ਉਸ ਲੜਕੇ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦੇ ਹੋ, ਘਰ ਉਹਨਾਂ ਦੇ ਪੁਲਿਸ ਭੇਜਦੇ ਹੋ, ਉਸ ਤੋਂ ਬਾਅਦ ਤੁਸੀਂ ਕਹਿੰਦੇ ਕਿ ਤੁਸੀਂ ਜੋ ਤੁਸੀਂ ਕਰਨਾ ਤੁਸੀਂ ਕਰ ਲਓ, ਜੋ ਕਾਨੂੰਨ ਕਹਿੰਦਾ ਕਾਨੂੰਨ ਕਰੇਗਾ। ਪਰ ਵੱਡਾ ਸਵਾਲ ਆ ਕਿ ਜੇ ਪੰਜਾਬ ਦੇ ਵਿੱਚ ਨਸ਼ੇ ਵਿਕਦੇ ਨੇ ਤਾਂ ਫਿਰ ਐਸ ਐਚ ਓ ਨੂੰ ਫੋਨ ਕਰਨ ਦੀ ਬਜਾਏ ਇਲਾਕੇ ਦੇ ਵਿੱਚ ਜਿਹੜੇ ਲੋਕ ਨਸ਼ਾ ਵੇਚਦੇ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ। ਹੁਣ ਇਸ ਮਸਲੇ ਦੇ ਵਿੱਚ ਦੇਖਦੇ ਹਾਂ ਕਿ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ, ਪੁਲਿਸ ਪ੍ਰਸ਼ਾਸਨ ਤਰਨ ਤਾਰਨ ਅਤੇ ਜਿਨ੍ਹਾਂ 'ਤੇ ਲੱਗੇ ਨੇ ਕਿ ਸ਼ਾਇਦ ਕਿਸਾਨ ਨੇਤਾ ਵੀ ਕਹਿ ਰਹੇ ਨੇ ਕਿ ਸ਼ਾਇਦ ਮੰਤਰੀ ਦੇ ਕਹਿਣ 'ਤੇ ਜਾਂ ਕੁਝ ਉੱਚ ਅਧਿਕਾਰੀਆਂ ਦੇ ਕਹਿਣ 'ਤੇ ਇਹ ਫੋਨ ਆਇਆ ਹੋਊਗਾ ਅਤੇ ਉਹਨਾਂ ਦੇ ਘਰ ਪੁਲਿਸ ਭੇਜੀ ਗਈ ਆ, ਅਤੇ ਲਾਲਜੀਤ ਸਿੰਘ ਭੁੱਲਰ ਹੋਣੀ ਜਿਹੜੇ ਉੱਥੋਂ ਦੇ ਪੱਟੀ ਤੋਂ ਵਿਧਾਇਕ ਨੇ ਅਤੇ ਸੂਬੇ ਦੇ ਟਰਾਂਸਪੋਰਟ ਅਤੇ ਰੂਰਲ ਡਿਵੈਲਪਮੈਂਟ ਮੰਤਰੀ ਨੇ, ਉਹ ਆਪਣਾ ਕੀ ਸਟੈਂਡ ਸਪੱਸ਼ਟ ਕਰਦੇ ਨੇ ਕਿ ਇਲਾਕੇ 'ਚ ਨਸ਼ਾ ਵਿਕਦਾ, ਜਾਂ ਜੇ ਕਿਸੇ ਨੇ ਕਮੈਂਟ ਲਿਖ ਦਿੱਤਾ ਹੈਗਾ ਤਾਂ ਐਡਾ ਵੱਡਾ ਜੁਰਮ ਨਹੀਂ ਬਣ ਗਿਆ, ਐਡਾ ਵੱਡਾ ਗੁਨਾਹ ਨਹੀਂ ਬਣ ਗਿਆ ਕਿ ਤੁਸੀਂ ਆਮ ਲੋਕਾਂ ਦੇ ਘਰ ਪੁਲਿਸ ਭੇਜੋ, ਡਰਾਵਾ ਦਿਓ, ਧਮਕਾਓ। ਇਹ ਪੁਲਿਸ ਵਾਲਿਆਂ ਨੂੰ ਵੀ ਧਮਕਾਉਣ ਦੀ ਬਜਾਏ, ਡਰਾਉਣ ਦੀ ਬਜਾਏ ਇਲਾਕੇ ਦੇ ਵਿੱਚ ਕੰਮ ਕਰਨਾ ਚਾਹੀਦਾ, ਕਿਉਂਕਿ ਵਿਧਾਨ ਸਭਾ ਹਲਕਾ ਪੱਟੀ, ਸ਼ਹਿਰ ਪੱਟੀ, ਇਹ ਨਵੀਂ ਗੱਲ ਨਹੀਂ ਆ। ਨਸ਼ਿਆਂ ਨੇ ਪੱਟੀ ਹੋਈ ਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੇ ਲੋਕਾਂ ਦੀ ਮੌਤ ਹੋ ਚੁੱਕੀ ਆ, ਉੱਥੇ ਕਫਨ ਬਚਾਓ ਲਹਿਰ ਵੀ ਚੱਲੀ ਹੋਈ ਆ, ਉੱਥੇ ਬਹੁਤ ਸਾਰੇ ਜਿਹੜੇ ਐਨ ਜੀ ਓ ਕੰਮ ਕਰ ਰਹੇ ਨੇ, ਪਰ ਨਾ ਅਕਾਲੀਆਂ ਵੇਲੇ, ਨਾ ਕਾਂਗਰਸ ਵੇਲੇ ਅਤੇ ਨਾ ਹੁਣ ਝਾੜੂ ਵੇਲੇ। ਪੱਟੀ ਨਸ਼ਿਆਂ ਨਾਲ ਬਦਨਾਮ ਹੋਈ ਆ, ਪੱਟੀ ਨਸ਼ਿਆਂ ਨੇ ਪੱਟ ਦਿੱਤੀ ਆ, ਪੁਲਿਸ ਨੂੰ ਉੱਧਰ ਧਿਆਨ ਦੇਣ ਦੀ ਲੋੜ ਆ, ਲੋਕਾਂ ਨੂੰ ਧਮਕਾਉਣ ਜਾਂ ਡਰਾਉਣ ਦੀ ਲੋੜ ਨਹੀਂ ਹੈਗੀ। ਨਹੀਂ ਤਾਂ ਫਿਰ ਜਿਵੇਂ ਮਾਨਸਾ ਦੇ ਵਿੱਚ ਪਰਮਿੰਦਰ ਸਿੰਘ ਝੋਟਾ ਜੰਮਿਆ ਹੈਗਾ, ਜਿਸ ਦਿਨ ਪੱਟੀ ਦੇ ਵਿੱਚ ਕੋਈ ਝੋਟਾ ਜੰਮ ਗਿਆ ਤਾਂ ਫਿਰ ਐਸ ਐਚ ਓ ਜਾਂ ਪੁਲਿਸ ਨੂੰ ਭਾਜਣਾ ਪੈ ਜਾਣੀ ਆ, ਫਿਰ ਲੋਕਾਂ ਦੇ ਉੱਪਰ ਤੁਸੀਂ ਝੂਠੇ ਸੱਚੇ ਪਰਚੇ ਦਰਜ ਕਰੋਗੇ। ਫਿਲਹਾਲ ਦੇਖਦੇ ਹਾਂ ਕਿ ਇਸ ਮਸਲੇ ਦੇ ਵਿੱਚ ਉੱਥੋਂ ਦੀਆਂ ਕਿਸਾਨ ਜਥੇਬੰਦੀਆਂ ਵੀ ਸਰਗਰਮ ਹੋ ਚੁੱਕੀਆਂ ਨੇ, ਉਹਨਾਂ ਨੇ ਵੀ ਝੰਡਾ ਚੱਕ ਲਿਆ ਹੈਗਾ। ਇਸ ਮਸਲੇ 'ਚ ਦੇਖਦੇ ਹਾਂ ਕਿ ਹੁਣ ਐਸ ਐਚ ਓ ਨੇ ਜਿਹੜਾ ਫੋਨ ਕੀਤਾ ਉਹ ਆਪਣੀ ਸਫਾਈਆਂ ਦਿੰਦੇ ਜਾਂ ਨਹੀਂ, ਜਾਂ ਫਿਰ ਪਾਸਾ ਵੱਟ ਲੈਂਦੇ ਜਾਂ ਟਾਲਾ ਵੱਟ ਲੈਂਦੇ ਨੇ। ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੈਂਦੇ ਆਗਿਆ, ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ। ਧੰਨਵਾਦ।